ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ, ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ ਹੈ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਗਏ ਸਵਾਲ ਦਾ ਜਵਾਬ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਅੱਜ ਮੇਸ਼ ਰਾਸ਼ੀ ਦੇ ਜਾਤਕਾਂ ਦਾ ਦਿਨ ਜਿਹੜਾ ਹੈ ਨਵੇਂ ਦੋਸਤ ਬਣਾਉਂਦਾ ਹੈ, ਨਵੇਂ ਨੈਟਵਰਕਸ ਬਣਾਉਂਦਾ ਹੈ, ਕਿਸੇ ਚੰਗੇ ਇਨਸਾਨ ਨਾਲ ਜੁੜਨ ਦਾ ਹੈ। ਬੱਚਿਆਂ ਦੇ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸੰਬੰਧੀਆਂ ਨਾਲ, ਜੀਵਨ ਸਾਥੀ ਨਾਲ ਅੱਜ ਤੁਹਾਡਾ ਕਿਤੇ ਬਾਹਰ ਘੁੰਮਣ ਦਾ ਪ੍ਰੋਗਰਾਮ ਲੰਚ ਜਾਂ ਡਿਨਰ ਦਾ ਬਣ ਸਕਦਾ ਹੈ। ਆਪਣੇ ਜੀਵਨ ਸਾਥੀ ਜਾਂ ਕਪਲਸ ਵਿੱਚ ਕੋਈ ਮਤਭੇਦ ਜੇਕਰ ਚੱਲ ਰਿਹਾ ਹੈ ਤਾਂ ਉਹ ਦੂਰ ਹੋਏਗਾ ਅਤੇ ਆਪਸੀ ਸਾਂਝ, ਆਪਸੀ ਪਿਆਰ ਵੱਧਦਾ ਹੋਇਆ ਨਜ਼ਰ ਆ ਰਿਹਾ। ਉਪਾਅ ਕੀ ਕਰਨਾ ਹੈ ਕਿ ਤੁਸੀਂ ਲਾਲ ਰੰਗ ਦੇ ਆਸਣ 'ਤੇ ਬੈਠ ਕੇ ਆਪਣੇ ਇਸ਼ਟ ਦੇਵ ਨੂੰ ਅੱਜ ਯਾਦ ਕਰਨਾ ਹੈ। ਲੱਕੀ ਕਲਰ ਇਜ਼ ਔਰੇਂਜ ਐਂਡ ਲੱਕੀ ਨੰਬਰ ਇਜ਼ 5। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ। ਕੰਮ ਦੇ ਲਿਹਾਜ਼ ਨਾਲ ਕੋਈ ਨਵੀਂ ਸ਼ੁਰੂਆਤ, ਕੋਈ ਨਵੀਂ ਡਿਵੈਲਪਮੈਂਟ, ਕੋਈ ਨਵਾਂ ਪ੍ਰੋਡਕਟ ਜੇਕਰ ਤੁਸੀਂ ਐਡ ਕਰਨਾ ਹੈ ਆਪਣੇ ਬਿਜ਼ਨਸ ਵਿੱਚ ਤਾਂ ਤੁਸੀਂ ਐਡ ਕਰ ਸਕਦੇ ਹੋ, ਸਮਾਂ ਚੰਗਾ ਹੈ। ਪਰਿਵਾਰ ਵਿੱਚ ਪ੍ਰੋਪਰਟੀ ਨੂੰ ਲੈ ਕੇ ਕੋਈ ਅਣਬਣ ਜੇਕਰ ਚੱਲ ਰਹੀ ਹੈ, ਉਸ ਵਿੱਚ ਕੋਈ ਨਵਾਂ ਮੋੜ ਆ ਸਕਦਾ ਹੈ ਅਤੇ ਇਹ ਅਣਬਣ ਜਿਹੜੀ ਹੈ ਖਤਮ ਹੋ ਸਕਦੀ ਹੈ, ਤੁਹਾਡਾ ਮਸਲਾ ਜਿਹੜਾ ਹੈ ਉਹ ਹੱਲ ਹੋ ਸਕਦਾ ਹੈ। ਜਿਹੜੀਆਂ ਚੀਜ਼ਾਂ ਤੁਸੀਂ ਬਹੁਤ ਦੇਰ ਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਤੁਹਾਡੇ ਮਨ ਮੁਤਾਬਿਕ ਕੰਮ ਨਹੀਂ ਸੀ ਬਣ ਰਿਹਾ, ਉਹ ਕੰਮ ਅੱਜ ਤੁਹਾਡੇ ਮਨ ਮੁਤਾਬਿਕ ਹੋ ਸਕਦਾ ਹੈ। ਕੋਸ਼ਿਸ਼ ਕਰਨੀ ਹੈ ਕਿ ਸੰਯਮ ਰੱਖ ਕੇ ਨਿਰੰਤਰ ਤੁਸੀਂ ਕੰਮ ਕਰਦੇ ਰਹੋ, ਇਹ ਕੰਮ ਜ਼ਰੂਰ ਬਣੇਗਾ। ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਣਾ ਹੈ, ਆਪਣੇ ਮੂੰਹ ਤੋਂ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਜਿਹੜੀ ਕਿ ਨੈਗੇਟਿਵ ਹੋਏ, ਨੈਗੇਟਿਵਿਟੀ ਨੂੰ ਅਟਰੈਕਟ ਕਰੇ, ਨਹੀਂ ਤਾਂ ਇਹ ਨੈਗੇਟਿਵਿਟੀ ਤੁਹਾਡੀ ਲਾਈਫ 'ਚ ਅੱਜ ਦੇ ਦਿਨ ਥੋੜ੍ਹੀ ਜਿਹੀ ਡਿਪਰੈਸ਼ਨ ਜਿਹੜੀ ਹੈ ਉਹ ਲਿਆ ਸਕਦੀ ਹੈ। ਉਪਾਅ ਕੀ ਕਰਨਾ ਹੈ ਕਿ ਹਰੇ ਰੰਗ ਦਾ ਇੱਕ ਪੈੱਨ ਆਪਣੇ ਕੋਲ ਰੱਖਣਾ ਹੈ। ਲੱਕੀ ਕਲਰ ਇਜ਼ ਕੋਪਰ, ਲੱਕੀ ਨੰਬਰ ਇਜ਼ 7। ਜੈਮਨੀ ਯਾਨੀ ਮਿਥੁਨ ਰਾਸ਼ੀ। ਜੇਕਰ ਤੁਸੀਂ ਕੋਈ ਨਵੀਂ ਜੌਬ, ਨਵਾਂ ਕੰਮ ਸ਼ੁਰੂ ਕੀਤਾ ਹੈ, ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ, ਤਾਲਮੇਲ ਬਿਠਾਉਣ ਵਿੱਚ ਥੋੜ੍ਹਾ ਜਿਹਾ ਸਮੇਂ ਲੱਗ ਰਿਹਾ ਹੈ, ਤੁਹਾਡਾ ਕੰਮ ਇਹ ਜ਼ਰੂਰ ਚੱਲੇਗਾ। ਨਵੀਂ ਜੌਬ ਜਿਹੜੀ ਹੈ ਉਹਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਸਥਾਪਿਤ ਜ਼ਰੂਰ ਕਰ ਪਾਓਗੇ। ਆਉਣ ਵਾਲੇ ਸਮੇਂ ਵਿੱਚ ਇਹ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਵੇਗੀ। ਧਿਆਨ ਕੀ ਰੱਖਣਾ ਹੈ ਕਿ ਖਾਣ ਪੀਣ ਦਾ, ਆਪਣੇ ਹੈਲਥ ਦਾ ਕਾਫੀ ਧਿਆਨ ਰੱਖਣ ਦੀ ਤੁਹਾਨੂੰ ਲੋੜ ਹੈ। ਬਾਹਰ ਦਾ ਫਿਜ਼ੂਲ ਖਾਣਾ ਪੀਣਾ ਬੰਦ ਕਰ ਦਿਓ। ਅੱਜ ਦਾ ਦਿਨ ਮਿਰਚ ਮਸਾਲੇ ਵਾਲਾ ਖਾਣਾ, ਤੜਕਿਆਂ ਵਾਲਾ ਖਾਣਾ ਤੁਹਾਡੇ ਲਈ ਨਹੀਂ ਹੈ। ਕੋਈ ਗੱਡੀ, ਘਰ ਜਾਂ ਪ੍ਰੋਪਰਟੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਕੋਈ ਨਾ ਕੋਈ ਵਧੀਆ ਡੀਲ ਅੱਜ ਮਿਲ ਸਕਦੀ ਹੈ। ਉਪਾਅ ਕੀ ਕਰਨਾ ਹੈ ਕਿ ਕਿਸੇ ਧਾਰਮਿਕ ਸਥਾਨ 'ਤੇ ਸਫਾਈ ਵਾਲੀ ਚੀਜ਼ਾਂ ਦਾ ਦਾਨ ਕਰਨਾ। ਲੱਕੀ ਕਲਰ ਇਜ਼ ਨੇਵੀ ਬਲੂ, ਲੱਕੀ ਨੰਬਰ ਇਜ਼ 4। ਕੈਂਸਰ ਯਾਨੀ ਕਰਕ ਰਾਸ਼ੀ। ਤੁਹਾਨੂੰ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ, ਡਾਕਟਰੀ ਸਲਾਹ ਜ਼ਰੂਰ ਲੈਣੀ ਹੈ। ਬਿਮਾਰੀ ਦੇ ਕਿਸੇ ਲੱਛਣ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰਨਾ। ਆਪਣੇ ਜ਼ਰੂਰੀ ਕਾਗਜ਼ ਸੰਭਾਲ ਕੇ ਰੱਖੋ ਅਤੇ ਘੁੰਮਣ ਫਿਰਨ ਜਾਂ ਯਾਤਰਾ 'ਤੇ ਕਿਤੇ ਜਾਣ ਦਾ ਮਨ ਹੈ, ਛੁੱਟੀਆਂ ਮਨਾਉਣ ਦਾ ਜੇਕਰ ਕੋਈ ਮਨ ਹੈ ਤਾਂ ਉਹ ਪਲੈਨ ਵਿੱਚ ਤੁਹਾਡੇ ਬਦਲਾਵ ਆ ਸਕਦਾ ਹੈ। ਆਪਣੀ ਟਿਕਟਾਂ ਕਨਫਰਮ ਕਰਵਾ ਕੇ ਚੱਲੋ। ਕਿਸੇ ਜ਼ਰੂਰੀ ਚੀਜ਼ ਦੇ ਗੁੰਮ ਹੋਣ ਦੇ ਵੀ ਆਸਾਰ ਨਜ਼ਰ ਆ ਰਹੇ ਨੇ, ਧਿਆਨ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਅਲਗਰਜ਼ੀ ਨਹੀਂ ਕਰਨੀ। ਉਪਾਅ ਕੀ ਕਰਨਾ ਹੈ ਕਿ ਕਿਸੇ ਧਾਰਮਿਕ ਸਥਾਨ 'ਚ ਦੁੱਧ ਦੀ ਸੇਵਾ ਜੇਕਰ ਤੁਸੀਂ ਕਰਵਾ ਸਕੋ ਤਾਂ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਸੈਫਰਨ, ਲੱਕੀ ਨੰਬਰ ਇਜ਼ 18। ਲੀਓ ਯਾਨੀ ਸਿੰਘ ਰਾਸ਼ੀ।
ਪ੍ਰੋਪਰਟੀ ਦੇ ਕੰਮ ਵਿੱਚ ਜਲਦਬਾਜ਼ੀ ਨਹੀਂ ਕਰਨੀ। ਜੇਕਰ ਤੁਸੀਂ ਵਿਦਿਆਰਥੀ ਹੋ, ਕਿਸੇ ਐਸੇ ਸ਼ਖਸ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜੋ ਤੁਹਾਨੂੰ ਸਹੀ ਗਾਈਡੈਂਸ ਦੇ ਸਕਦਾ ਹੈ। ਜ਼ਿੰਦਗੀ ਦੇ ਜ਼ਰੂਰੀ ਫੈਸਲੇ ਅੱਜ ਨਹੀਂ ਲੈਣੇ, ਕੋਸ਼ਿਸ਼ ਕਰੋ ਅੱਜ ਦਾ ਦਿਨ ਇਹ ਫੈਸਲਿਆਂ ਨੂੰ ਟਾਲ ਦਿਓ। ਵਾਹਨ ਵੀ ਸਾਵਧਾਨੀ ਨਾਲ ਚਲਾਉਣਾ ਹੈ, ਅਤੇ ਜੇਕਰ ਕਿਸੇ ਯਾਤਰਾ 'ਤੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਅੱਜ ਤੁਸੀਂ ਉਹ ਯਾਤਰਾ 'ਤੇ ਨਹੀਂ ਜਾਣਾ, ਕੋਸ਼ਿਸ਼ ਕਰੋ ਅਚਾਨਕ ਕਿਸੇ ਯਾਤਰਾ 'ਤੇ ਤੁਸੀਂ ਨਾ ਜਾਓ। ਉਪਾਅ ਕੀ ਕਰਨਾ ਹੈ, ਗਣੇਸ਼ ਜੀ ਨੂੰ 11 ਹਰੀ ਇਲਾਚੀਆਂ ਦਾ ਭੋਗ ਲਗਾਉਣਾ ਹੈ ਅਤੇ 2 ਪਾਨ ਦੇ ਪੱਤੇ ਚੜਾਉਣੇ ਨੇ। ਲੱਕੀ ਕਲਰ ਇਜ਼ ਯੈਲੋ, ਲੱਕੀ ਨੰਬਰ ਇਜ਼ 1। ਵਰਗੋ ਯਾਨੀ ਕੰਨਿਆ ਰਾਸ਼ੀ, ਤੁਹਾਡੀ ਪੁਰਾਣੀਆਂ ਇੱਛਾਵਾਂ ਜਿਹੜੀਆਂ ਬੜੀ ਦੇਰ ਤੋਂ ਪੂਰੀਆਂ ਨਹੀਂ ਸੀ ਹੋਈਆਂ, ਉਹਨਾਂ ਦਾ ਪੂਰਨ ਹੋਣ ਦਾ ਸਮੇਂ ਆ ਚੁੱਕਾ ਹੈ। ਆਪਣੇ ਆਪ ਨੂੰ ਜ਼ਰੂਰਤ ਹੈ ਕਿ ਤੁਸੀਂ ਸਰੀਰਕ ਅਤੇ ਮੈਂਟਲੀ ਸਟਰੋਂਗ ਰੱਖੋ, ਤੰਦਰੁਸਤ ਰੱਖੋ। ਜੋ ਲੋਕ ਪਰਿਵਾਰ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਪਰਿਵਾਰ ਤੋਂ ਸਰਪ੍ਰਾਈਜ਼ ਮਿਲ ਸਕਦਾ ਹੈ, ਅਤੇ ਬਾਹਰ ਦੇ ਖਾਣ ਪੀਣ ਤੋਂ ਅੱਜ ਦਾ ਦਿਨ ਥੋੜ੍ਹਾ ਜਿਹਾ ਬਚਾਵ ਕਰਨਾ ਹੈ। ਉਪਾਅ ਕੀ ਕਰਨਾ ਹੈ ਕਿ ਤਾਂਬੇ ਦਾ ਸਿੱਕਾ ਸਿੰਦੂਰ ਲਗਾ ਕੇ ਤਿੰਜੋਰੀ ਵਿੱਚ ਰੱਖਣਾ ਹੈ। ਲੱਕੀ ਕਲਰ ਇਜ਼ ਬਰਾਊਨ, ਲੱਕੀ ਨੰਬਰ ਇਜ਼ 7। ਪਿਆਰੇ ਦਰਸ਼ਕੋ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ, ਤੁਸੀਂ ਇਹ ਵਿੱਦਿਆ ਨੂੰ ਸਿੱਖਣਾ ਚਾਹੁੰਦੇ ਹੋ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਬੱਚੇ ਦੇ ਕਰੀਅਰ ਨੂੰ ਲੈ ਕੇ ਕੋਈ ਚਿੰਤਾ ਹੈ, ਤੁਸੀਂ ਸ਼ਾਦੀ ਵਿੱਚ ਆ ਰਹੇ ਵਿਲੰਬ ਨੂੰ ਖਤਮ ਕਰਨਾ ਚਾਹੁੰਦੇ ਹੋ, ਜਾਂ ਸੰਤਾਨ ਪ੍ਰਾਪਤੀ ਵਿੱਚ ਕੋਈ ਡਿਲੇ ਆ ਰਿਹਾ ਹੈ, ਘਰ, ਆਫਿਸ, ਦੁਕਾਨ ਜਾਂ ਫੈਕਟਰੀ ਦਾ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ। ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਕੋਈ ਵੱਡਾ ਇੰਪੋਰਟੈਂਟ ਕੰਮ ਜਿਹੜਾ ਹੈ, ਕੋਈ ਪ੍ਰੋਜੈਕਟ ਹੈ ਜਿਸ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਉਸ ਕੰਮ ਨੂੰ ਕਰਨ ਲਈ ਤੁਹਾਨੂੰ ਬਹੁਤ ਜਲਦੀ ਪੈਸਿਆਂ ਦੀ ਸਖਤ ਜ਼ਰੂਰਤ ਪੈਣ ਵਾਲੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਆਪਣੀ ਫਿਜ਼ੂਲ ਖਰਚੀ ਨੂੰ ਬੰਦ ਕਰ ਦਿਓ, ਆਪਣੇ ਬਜਟ ਨੂੰ ਬਣਾ ਕੇ ਚੱਲੋ, ਅਤੇ ਆਪਣੇ ਬਜਟ ਨੂੰ ਖਰਾਬ, ਆਪਣੇ ਫਾਈਨਾਂਸ ਨੂੰ ਖਰਾਬ ਨਾ ਹੋਣ ਦਿਓ। ਓਵਰ ਟਾਈਮ ਤੁਹਾਨੂੰ ਆਪਣੀ ਨੌਕਰੀ ਵਿੱਚ ਕਰਨਾ ਪੈ ਸਕਦਾ ਹੈ, ਕੋਈ ਨਾ ਕੋਈ ਆਖਰੀ ਸਮੇਂ 'ਤੇ ਕੰਮ ਆ ਜਾਏਗਾ ਅਜਿਹਾ ਜਿਹਨੂੰ ਤੁਸੀਂ ਨਹੀਂ ਕਰ ਪਾਓਗੇ। ਫੈਮਿਲੀ ਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ, ਫੈਮਿਲੀ ਵਿੱਚ ਕੋਈ ਸੈਲੀਬ੍ਰੇਸ਼ਨ ਹੋ ਸਕਦੀ ਹੈ, ਅਤੇ ਤੁਸੀਂ ਅੱਜ ਆਪਣੇ ਪਾਰਟਨਰ, ਆਪਣੇ ਜੀਵਨ ਸਾਥੀ ਨੂੰ ਖੁਸ਼ ਰੱਖ ਪਾਓਗੇ। ਪਰਿਵਾਰ ਵਿੱਚ ਕੋਈ ਜ਼ਰੂਰੀ ਫੈਸਲਾ ਜੇਕਰ ਲੈਣਾ ਹੈ, ਅੱਜ ਦਾ ਦਿਨ ਸ਼ੁਭ ਹੈ, ਜ਼ਰੂਰ ਲਓ। ਉਪਾਅ ਕੀ ਕਰਨਾ ਹੈ ਕਿ ਤੁਸੀਂ ਚਨੇ ਦੀ ਦਾਲ ਦੀ ਬਣੀ ਹੋਈ ਬਰਫੀ ਕਿਸੇ ਧਾਰਮਿਕ ਸਥਾਨ 'ਤੇ ਚੜਾਉਣੀ ਹੈ। ਲੱਕੀ ਕਲਰ ਹੈ ਪਿੰਕ ਐਂਡ ਲੱਕੀ ਨੰਬਰ ਇਜ਼ 12। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ, ਜੇਕਰ ਤੁਸੀਂ ਦੁਕਾਨਦਾਰ ਹੋ, ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਹੈ, ਗਾਹਕੀ ਵਧੀਆ ਰਹੇਗੀ, ਤੁਸੀਂ ਚੰਗੇ ਪੈਸੇ ਜਿਹੜੇ ਹੈ ਅੱਜ ਕਮਾ ਪਾਓਗੇ। ਅਤੇ ਜੋ ਲੋਕ ਖਾਸ ਕਰਕੇ ਰਿਟੇਲ ਦਾ ਕੰਮ ਕਰਦੇ ਨੇ, ਕਾਫੀ ਗ੍ਰਾਹਕ, ਕਾਫੀ ਪ੍ਰੋਡਕਟਸ ਅੱਜ ਤੁਹਾਨੂੰ ਵੇਚਣ ਦਾ ਮੌਕਾ ਮਿਲੇਗਾ ਉਹਨਾਂ ਨੂੰ। ਸਿਹਤਮੰਦ ਰਹਿਣ ਵਾਸਤੇ ਆਪਣੀ ਕੁਝ ਆਦਤਾਂ ਨੂੰ, ਆਪਣੇ ਲਾਈਫਸਟਾਈਲ ਨੂੰ ਤੁਹਾਨੂੰ ਚੇਂਜ ਕਰਨਾ ਪਏਗਾ, ਅਤੇ ਬਿਜ਼ਨਸ ਵਿੱਚ ਕੋਈ ਨਵਾਂ ਪ੍ਰੋਡਕਟ ਜੇਕਰ ਤੁਸੀਂ ਐਡ ਕਰਨਾ ਹੈ, ਜ਼ਰੂਰ ਕਰੋ। ਦਿਨ ਠੀਕ ਹੈ, ਆਪਣੇ ਮਨ ਦੇ ਵਿਚਾਰਾਂ ਨੂੰ ਮਜ਼ਬੂਤੀ ਨਾਲ ਅੱਜ ਆਪਣੇ ਵਿਚਾਰਾਂ ਨੂੰ ਤੁਸੀਂ ਪੇਸ਼ ਕਰ ਸਕਦੇ ਹੋ, ਤੁਹਾਡੀ ਗੱਲ ਸੁਣੀ ਜਾਏਗੀ। ਉਪਾਅ ਕੀ ਕਰਨਾ ਹੈ, 250 ਗ੍ਰਾਮ ਚਿੱਟੇ ਪਤਾਸ਼ੇ ਮਿੱਠੇ ਤੁਸੀਂ ਧਾਰਮਿਕ ਸਥਾਨ 'ਤੇ ਚੜਾਉਣੇ ਨੇ। ਲੱਕੀ ਕਲਰ ਹੈ ਪਰਪਲ ਐਂਡ ਲੱਕੀ ਨੰਬਰ ਇਜ਼ 3। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਅੱਜ ਦਿਨ ਦੀ ਸ਼ੁਰੂਆਤ ਇੱਕ ਚੰਗੀ ਖਬਰ ਨਾਲ ਹੋਏਗੀ, ਜਿਸ ਕਰਕੇ ਤੁਹਾਡਾ ਮਨ ਪ੍ਰਫੁੱਲਿਤ ਰਹੇਗਾ। ਸਰਕਾਰ ਤੋਂ ਤੁਹਾਨੂੰ ਸਹਿਯੋਗ ਮਿਲੇਗਾ, ਅਤੇ ਕਿਸੇ ਸਰਕਾਰੀ ਸਕੀਮ ਦਾ ਵੱਡਾ ਆਰਡਰ ਤੁਹਾਨੂੰ ਮਿਲ ਸਕਦਾ ਹੈ, ਲਾਭ ਤੁਹਾਨੂੰ ਮਿਲ ਸਕਦਾ ਹੈ, ਉਧਾਰ ਦਿੱਤੇ ਹੋਏ ਪੈਸੇ ਵਾਪਸ ਮਿਲ ਸਕਦੇ ਨੇ,
ਅਤੇ ਮਾਨਸਿਕ ਤਣਾਅ ਤੋਂ ਛੁਟਕਾਰਾ ਮਿਲੇਗਾ। ਉਪਾਅ ਕੀ ਕਰਨਾ ਹੈ ਕਿ ਲਾਲ ਰੰਗ ਦਾ ਪੈਨ ਆਪਣੇ ਨਾਲ ਰੱਖਣਾ ਹੈ। ਲੱਕੀ ਕਲਰ ਹੈ ਮੈਰੂਨ ਐਂਡ ਲੱਕੀ ਨੰਬਰ ਇਜ਼ 22। ਕੇਪਰੀਕੋਨ ਯਾਨੀ ਮਕਰ ਰਾਸ਼ੀ। ਆਰਥਿਕ ਸਮੱਸਿਆਵਾਂ ਤੁਹਾਡੀਆਂ ਦੂਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ। ਜੇਕਰ ਤੁਸੀਂ ਕੋਈ ਲੋਨ ਲੈ ਰੱਖਿਆ ਹੈ, ਕੋਈ ਰਿਣ ਤੁਹਾਡੇ 'ਤੇ ਹੈ, ਤੁਸੀਂ ਉਹ ਰਿਣ ਨੂੰ ਖਤਮ ਕਰ ਪਾਓਗੇ। ਆਪਣੇ ਲੋਨ ਨੂੰ ਅੱਜ ਤੁਸੀਂ ਖਤਮ ਕਰ ਪਾਓਗੇ। ਕੋਈ ਨਾ ਕੋਈ ਰਸਤਾ ਤੁਹਾਡੇ ਲਈ ਨਿਕਲ ਆਏਗਾ, ਜਿਸ ਦੇ ਰਾਹੀਂ ਤੁਹਾਡੇ ਪੈਸੇ ਦਾ ਚੰਗਾ ਅਰੇਂਜਮੈਂਟ ਹੋ ਜਾਏਗਾ। ਬਿਜ਼ਨਸ ਵਿੱਚ ਤੇਜ਼ੀ ਆਉਣ ਦੀ ਚੰਗੇ ਯੋਗ ਨਜ਼ਰ ਆ ਰਹੇ ਨੇ। ਅਤੇ ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਡਿਸਕਸ਼ਨ ਇੱਕ ਵਾਰ ਆਪਣੇ ਪੇਰੈਂਟਸ ਨਾਲ, ਆਪਣੇ ਗਾਈਡ ਨਾਲ, ਆਪਣੇ ਟੀਚਰ ਨਾਲ ਜ਼ਰੂਰ ਕਰੋ। ਅਨਾਵਸ਼ਕ ਯਾਤਰਾ ਤੋਂ ਬਚਣਾ ਹੈ, ਕਿਨਾਰਾ ਕਰਨਾ ਹੈ। ਉਪਾਅ ਕੀ ਕਰਨਾ ਹੈ ਕਿ ਕਿਸੇ ਲੋੜਵੰਦ ਨੂੰ ਕੋਈ ਦਵਾਈ ਤੁਸੀਂ ਦਾਨ ਕਰਨੀ ਹੈ। ਲੱਕੀ ਕਲਰ ਇਜ਼ ਵਾਈਟ, ਲੱਕੀ ਨੰਬਰ ਇਜ਼ 4। ਐਕੁਏਰੀਅਸ ਯਾਨੀ ਕੁੰਭ ਰਾਸ਼ੀ। ਮੌਸਮੀ ਐਲਰਜੀ ਤੋਂ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਸਿਹਤ ਦਾ ਧਿਆਨ ਰੱਖਣ ਦੀ ਖਾਸ ਜ਼ਰੂਰਤ ਹੈ ਅਤੇ ਫਾਲਤੂ ਖਰਚ ਤੋਂ ਬਚੋ, ਨਹੀਂ ਤਾਂ ਤੁਹਾਡੀ ਸੇਵਿੰਗਸ ਜਿਹੜੀਆਂ ਨੇ ਉਹ ਖਰਾਬ ਹੋ ਸਕਦੀਆਂ ਨੇ। ਥੋੜ੍ਹਾ ਜਿਹਾ ਟਾਈਮ ਆਪਣੇ ਆਪ ਨੂੰ ਕੋਸ਼ਿਸ਼ ਕਰੋ, ਰੈਗੂਲਰਲੀ ਦਿਓ, ਤਾਂ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ। ਨੋਟ ਜਸਟ ਫਿਜ਼ੀਕਲ ਪਰ ਆਪਣੀ ਮੈਂਟਲ ਹੈਲਥ ਦਾ ਵੀ ਧਿਆਨ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਔਫਿਸ ਵਿੱਚ ਚਾਹੇ ਉਹ ਤੁਹਾਡਾ ਆਪਣਾ ਬਿਜ਼ਨਸ ਹੈ, ਚਾਹੇ ਤੁਸੀਂ ਕਿਤੇ ਜੋਬ ਕਰ ਰਹੇ ਹੋ, ਸਰਕਾਰੀ ਦਫ਼ਤਰ ਹੈ, ਅੱਖਾਂ ਬੰਦ ਕਰਕੇ ਕਿਸੇ ਉੱਤੇ ਵਿਸ਼ਵਾਸ ਨਹੀਂ ਕਰਨਾ। ਫੋਲੋ ਅਪ ਜ਼ਰੂਰ ਲੈਣਾ ਹੈ, ਨਹੀਂ ਤਾਂ ਕੰਮ ਵਿੱਚ ਕੋਈ ਨਾ ਕੋਈ ਅੜਚਨ ਪੈਦਾ ਹੋ ਸਕਦੀ ਹੈ। ਉਪਾਅ ਕੀ ਕਰਨਾ ਹੈ? ਕਣਕ ਦੀ ਬਣੀ ਹੋਈ ਰੋਟੀ ਉੱਤੇ ਚਾਵਲ ਰੱਖ ਕੇ ਅਤੇ ਸ਼ੱਕਰ ਰੱਖ ਕੇ ਤੁਸੀਂ ਇੱਕ ਗਾਏ ਨੂੰ ਖਿਲਾਣੀ ਹੈ। ਲੱਕੀ ਕਲਰ ਇਜ਼ ਮੈਜੈਂਟਾ, ਲੱਕੀ ਨੰਬਰ ਇਜ਼ 21। ਪਾਈਸਿਸ ਯਾਨੀ ਮੀਨ ਰਾਸ਼ੀ। ਆਮਦਨੀ ਅਤੇ ਖਰਚੇ ਸੰਤੁਲਿਤ ਕਰਕੇ ਚੱਲਣ ਦੀ ਤੁਹਾਨੂੰ ਬਹੁਤ ਲੋੜ ਹੈ, ਨਹੀਂ ਤਾਂ ਆਪਣੇ ਖਾਤਿਆਂ ਨੂੰ ਜਾਂਚ ਲਓ, ਤੁਹਾਡੇ ਪੈਸੇ ਜਿਹੜੇ ਨੇ ਉਹ ਵੇਸਟ ਹੋ ਰਹੇ ਨੇ। ਕੋਈ ਨਵਾਂ ਬਿਜ਼ਨਸ ਜੇਕਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ, ਕੋਈ ਨਵੀਂ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਆਉਣ ਵਾਲਾ ਸਮਾਂ ਤੁਹਾਡੇ ਲਈ ਸ਼ੁਭ ਹੈ। ਜ਼ਮੀਨ ਜਾਇਦਾਦ ਦਾ ਕੋਈ ਕੰਮ ਪੈਂਡਿੰਗ ਚੱਲ ਰਿਹਾ ਹੈ, ਕੋਈ ਮਸਲਾ ਪੈਂਡਿੰਗ ਚੱਲ ਰਿਹਾ ਹੈ, ਉਹ ਚੀਜ਼ਾਂ ਸੁਲਝ ਜਾਣਗੀਆਂ। ਗੁਆਚਾ ਹੋਇਆ ਕੋਈ ਜ਼ਰੂਰੀ ਡਾਕੂਮੈਂਟ ਤੁਹਾਨੂੰ ਵਾਪਸ ਮਿਲ ਸਕਦਾ ਹੈ। ਅਤੇ ਜੇਕਰ ਤੁਸੀਂ ਕਪਲ ਹੋ, ਜੋੜਿਆਂ ਦੇ ਦਿਲ ਦੀਆਂ ਗੱਲਾਂ ਕਰਨ ਲਈ ਸਮਾਂ ਚੰਗਾ ਹੈ। ਉਪਾਅ ਕੀ ਕਰਨਾ ਹੈ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਅੱਜ ਗੁੜ ਦਾ ਸੇਵਨ ਕਰਨਾ ਹੈ। ਲੱਕੀ ਕਲਰ ਇਜ਼ 9, ਲੱਕੀ ਕਲਰ ਇਜ਼ ਗੋਲਡ। ਪਿਆਰੇ ਦਰਸ਼ਕੋ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ ਇਸੇ ਸਮੇਂ ਇਸੇ ਚੈਨਲ ਉੱਤੇ, ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।